एक हिंदी का मुहावरा है कि हाथी के पाँव में सख का पाँव, दर्जी तो हाथी। बॉम्बे दिया फिल्मा बंद करवाती हैं, कला सरदार गज रहे, सलमान शाहरुख कितने हैं इसमें, और जो भी इन्होंने वो सी जड़ी चमकीला। देखो जे साडे हीरो वास्ते फिल्मा लिखिया जा रही हैं, इन्हों वास्ते करैक्टर लिखे जा रहे हैं, तो बहुत वड्डी गल है। एक हिंदी का मुहावरा है कि हाथी के पाँव में सख का पाँव, दर्जी तो हाथी। ਅਸੀਂ ਲੋਕ ਸਾਰੇ ਦੇਖੋ, ਮੈਂ ਤਾਂ ਜਿੱਦਾਂ ਨੀਰੂ ਜੀ ਕਹਿ ਰਹੇ ਕਿ ਇੰਸਪਾਇਰ ਹੋਏ, ਸਾਰਾ ਹਿੰਦੁਸਤਾਨ ਪੂਰੀ ਦੁਨੀਆ ਇਸ ਵੇਲੇ ਇੰਸਪਾਇਰ ਹੋ ਰਹੀ ਹੈ। ਖਾਸੀਅਤ ਦੇਖੋ ਕੀ ਹੈ ਇਸ ਬੰਦੇ ਦੀ, ਇਹਨੇ ਬੰਬੇ ਦੀਆਂ ਫਿਲਮਾਂ ਬੰਦ ਕਰਵਾਤੀਆਂ, ਇਕੱਲਾ ਸਰਦਾਰ ਗੱਜ ਰਿਹਾ, ਔਰ ਸਲਮਾਨ ਸ਼ਾਹਰੁਖ ਕਿੱਥੇ ਹੈ ਇਸ ਵੇਲੇ। ਵੈਰੀ ਗੁੱਡ ਸਰ। ਇਹ ਹੁਣ ਉਹਨਾਂ ਦੀ ਜ਼ਰੂਰਤ ਬਣ ਗਿਆ ਹਿੰਦੀ ਫਿਲਮਾਂ ਦੀ, ਔਰ ਜੋ ਵੀ ਇਹਨਾਂ ਦੇ ਉਹ ਸੀਗੀ ਜਿਹੜੀ ਚਮਕੀਲਾ। ਦੇਖੋ ਜੇ ਸਾਡੇ ਹੀਰੋ ਵਾਸਤੇ ਫਿਲਮਾਂ ਲਿਖੀਆਂ ਜਾ ਰਹੀਆਂ, ਇਹਨਾਂ ਵਾਸਤੇ ਕਰੈਕਟਰ ਲਿਖੇ ਜਾ ਰਹੇ ਹੈ, ਤਾਂ ਬਹੁਤ ਵੱਡੀ ਗੱਲ ਹੈ। ਬਿਲਕੁਲ, ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਯਾਰ, ਤੇਰੇ 'ਤੇ ਕਮਾਲ ਹੈ, ਕਮਾਲ ਹੈ। ਔਰ ਫਿਰ ਉਸੀ ਤਰ੍ਹਾਂ ਉਸੀ ਬਾਣੇ ਵਿੱਚ ਉਸੀ ਸਿੱਖੀ ਸਿਦਕ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੈ। ਦੋਸਤੋ, ਆਪਾਂ ਜ਼ਰਾ ਥੋੜ੍ਹਾ ਜਿਹਾ ਉੱਚੇ ਉੱਠਦੇ ਹਾਂ, ਫਿਰ ਕਹਿੰਦੇ ਬਾਲ ਕਟਾ ਲਈਏ ਤਾਂ ਸ਼ਾਇਦ ਸਾਨੂੰ ਹਿੰਦੀ ਫਿਲਮਾਂ ਮਿਲਣਗੀਆਂ ਜਾਂ ਕੁਛ ਇਸ ਤਰ੍ਹਾਂ ਹੋਏਗਾ। ਇੱਕ ਜਸਪਾਲ ਭੱਟੀ ਸੀਗੇ ਜਿਨ੍ਹਾਂ ਨੇ ਸਰਦਾਰ ਰਹਿ ਕੇ ਸਰਦਾਰ ਬਣੇ ਰਹੇ, ਉਹ ਉਸੀ ਤਰ੍ਹਾਂ ਇਹ ਦਲਜੀਤ ਦੋਸਾਂਝ ਜੀ ਹੈ। ਜਿਹੋ ਜਿਹਾ ਸਰਦਾਰ ਅਸੀਂ ਇੱਥੋਂ ਭੇਜਿਆ ਸੀਗਾ, ਉਹ ਅਜਿਹੀ ਨਿਰੋਲ ਸਰਦਾਰ ਇਸ ਵੇਲੇ ਹੈ, ਚਾਹੇ ਇਹ ਦੁਨੀਆਂ ਦੇ ਕਿਸੇ ਵੀ ਲੈਵਲ 'ਤੇ ਪੁੱਜ ਰਿਹਾ ਹੈ। ਇਹਨਾਂ ਨੇ ਜਿਸ ਤਰ੍ਹਾਂ ਕਿਹਾ ਹੈ, ਪੰਜਾਬੀਆਂ ਦਾ ਮਾਣ ਵਧਾਇਆ, ਸਾਡਾ ਮਾਣ ਵਧਾਇਆ, ਔਰ ਜੋ ਇੰਨੀ ਖਲਕਤ ਦਾ, ਜੋ ਇੰਨੇ ਸੰਸਾਰ ਦਾ, ਇੰਨੇ ਜੀਵਾਂ ਦਾ ਮਾਣ ਵਧਾਉਂਦਾ ਹੈ, ਗੁਰੂ ਮਹਾਰਾਜ ਉਹਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ। ਬਿਲਕੁਲ, ਅਸੀਂ ਤਾਂ ਹੀ ਸਰ ਦਿਲੋਂ ਕਹਿੰਦੇ ਹਾਂ ਕਿ ਦਿਲਜੀਤ ਸਾਡਾ ਮਾਣ ਹੈ।